ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਨੇ? ਤੁਹਾਡਾ ਮੇਜ਼ਬਾਨ ਆਜ਼ਮ, ਤੁਸੀਂ ਵੇਖ ਰਹੇ ਹੋ ਸੋਹਣਾ ਪੰਜਾਬ ਟੀਵੀ। ਤੁਹਾਡਾ ਸੱਚਨ ਮੋਤੋ ਵਾਲਾ ਕਹਿੰਦਾ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਦਬਾਓ। ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਆਸਾਨੀ ਪਹੁੰਚ ਰਵੇ। ਨੰਬਰ ਹੁੰਦਾ 0349-1611-211, ਇਹੋ ਹੀ ਵਟਸਐਪ ਨੰਬਰ ਤੇ ਉਹੀ ਈਮੇਲ ਨੰਬਰ ਹੈ। ਉਮੀਦ ਬੜੀ ਕਰ ਰਿਹਾ ਆਪਣੇ ਸੱਜਣ ਤੇ ਵੀਰ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਦੇ ਨੇ ਤੇ ਮਾਸ਼ਾਅੱਲਾ ਕਮੈਂਟ ਲਾਦੇ ਨੇ। ਬਾਕੀ ਜਿਹੜੇ ਵੀ ਭਰਾ ਸਾਊਦੀ ਅਰਬ ਬੈਠੇ ਨੇ ਜਾਂ ਬਾਹਰਲੇ ਮੁਲਕ ਜਿੰਨੇ ਬੈਠੇ ਨੇ ਜਾਂ ਪਾਕਿਸਤਾਨ ਨੇ ਆਪਣੇ ਜੁੜੇ ਹੋਏ ਨੇ, ਉਹਨਾਂ ਨੂੰ ਈਦ ਮੁਬਾਰਕ ਹੈ ਤੇ ਬੜੀ ਮਿਹਰਬਾਨੀ ਉਹਨਾਂ ਦੀ। ਚੈਨਲ ਨੂੰ ਸ਼ੇਅਰ ਵੀ ਕਰਦੇ ਨੇ ਤੇ ਲਾਈਕ ਵੀ ਕਰਦੇ ਨੇ। ਬਾਕੀ ਤਰੀਕ ਹੈ ਅੱਜ 12/4/2024। ਇਹ ਵੀਡੀਓ ਇਹ ਲੋਕੇਸ਼ਨ ਜ਼ਿਲ੍ਹਾ ਪਾਕਪਤਨ ਤਹਿਸੀਲ ਹਰਸਾਲਾ, ਇਹ ਨਾਲ ਹੀ ਗੋਗੋ ਮੰਡੀ ਹੈ, ਥੋੜ੍ਹਾ ਨਾਲ ਹੀ ਕੋਈ ਪਿੰਡ ਹੈ ਕੋਈ 10-12 ਕਿਲੋਮੀਟਰ ਤੇ। ਬਾਕੀ ਸੱਜਣ ਬੇਲੀ ਕਈ ਬੜੇ ਆਲੇ ਲੋਕੇਸ਼ਨ ਹੀ ਦੱਸਦੇ, ਬਾਕੀ ਦੁਬਾਰਾ ਫਿਰ ਦੱਸ ਦੇਣਾ, ਜ਼ਿਲ੍ਹਾ ਪਾਕਪਤਨ ਤਹਿਸੀਲ ਹਰਸਾਲਾ ਇਹ ਗੋਗੋ ਦੇ ਏਰੀਏ 'ਚ ਮਾਝ ਖੜੀਏ, ਤਕਰੀਬਨ 10 ਕਿਲੋਮੀਟਰ ਆਸੇ ਪਾਸੇ ਪਿੰਡ ਥੋੜ੍ਹਾ ਜਿਹਾ। ਬਾਕੀ ਇਹ ਮਾਝ ਜਿਹੜੀ ਹੈ ਮਾਝ ਦੇ ਮਾਸ਼ਾਅੱਲਾ ਆਰ ਪਾਰ ਸੋਹਣੇ ਅੱਲਾ ਦੀ ਮਿਹਰਬਾਨੀ ਨਾਲ, ਬਾਕੀ ਮੱਝ ਪਿਓ ਨੀਲੀ ਦੀ ਅੱਲਾ ਦੀ ਮਿਹਰਬਾਨੀ ਨਾਲ, ਬਾਕੀ ਚਿੱਟੀਆਂ ਅੱਖਾਂ ਨੇ ਜਿਵੇਂ ਬਲਬ ਹੁੰਦਾ ਮਾਸ਼ਾਅੱਲਾ ਮੇਰੇ ਸੱਜੇ ਪਾਸੇ ਪਿਓ ਨੀਲੀ ਦੀ ਮਾਸ਼ਾਅੱਲਾ ਆਈ ਹੈ ਮੱਝ, ਬਾਕੀ ਅੱਖਾਂ ਜਿਵੇਂ ਬਲਬ ਹੁੰਦਾ ਨਦੀ ਸਵਰ ਦਾ, ਚਿੱਟੀਆਂ ਸ਼ਪੈਤ ਅੱਖਾਂ ਨੇ ਅੱਲਾ ਦੀ ਮਿਹਰਬਾਨੀ ਨਾਲ। ਮੱਝ ਬਰੀਕ ਰਾਜ ਤੇ ਪਿੱਛੋਂ ਮੱਝ ਚੌੜੀ ਏ ਤੇ ਅੱਗੋਂ ਸਾਰੀ ਕੱਟੀ ਅੱਲਾ ਦੀ ਮਿਹਰਬਾਨੀ ਨਾਲ। ਨਿੱਕੀ ਨਿੱਕੀ ਸਿੰਘੀ ਏ ਹਰ ਪਾਸੋਂ ਮੈਂ ਪੂਰੀ ਏ, ਬਾਕੀ ਮੈਂ ਥਣ ਜਿਹੜਾ ਮੋਟਾ ਥਾਣ ਹੈ ਤੇ ਜਿਵੇਂ ਕੇਲੇ ਦੀਆਂ ਫਲੀਆਂ ਹੁੰਦੀਆਂ ਨੇ ਮੋਟਾ ਮੋਟਾ ਥਾਣ ਅੱਲਾ ਦੀ ਮਿਹਰਬਾਨੀ ਨਾਲ। ਬਾਕੀ ਮੈਂ ਧੁੰਨੀ ਕੋਲੀ ਬਿਲਕੁਲ ਨਹੀਂ ਹੈਗੀ ਆਹ ਪਰ ਪੂਰੇ ਮੱਝ ਦੇ, ਬਾਕੀ ਮੈਂ ਇਹਦੇ ਲਾਜਵਾਬ ਏ ਲਿਬਾਸ ਮਾਸ਼ਾਅੱਲਾ ਮੱਝ ਦਾ ਜਿਹੜਾ ਬੜਾ ਹੀ ਲਾਜਵਾਬ ਆਰਡਰ ਕੁਆਲਿਟੀ ਖੁਦ ਚੈੱਕ ਕਰ ਲੈਣੀ ਵੀਰਾਂ ਨੇ ਸੱਜਣਾਂ ਨੇ। ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ, ਸੋਹਣਾ ਪੰਜਾਬ ਟੀਵੀ ਤੇ ਅੱਛੇ ਪਿਓ ਨੀ ਚੀਜ਼ਾਂ ਬਣਾ ਦੇ ਮਾਸ਼ਾਅੱਲਾ। ਬਾਕੀ ਮੱਝ ਦਾ ਹਰ ਪਾਸ ਮੈਂ ਪੂਰੀ ਏ, ਬਾਕੀ ਮੈਂ ਇਹਦੇ ਫੁੱਟ ਫੁੱਟ ਬਹਾਨਾ ਬਾਹਰ ਕੱਢੀ ਖੜੀ ਏ। ਬਾਕੀ ਚਾਚੇ ਨੂੰ ਗੱਲਾਂ ਪੁੱਛਾਂਗੇ ਸਾਰੀਆਂ, ਇਹ ਸੂਈ ਏ ਜਾਂ ਸੂਣ ਵਾਲੀ ਏ, ਇਹ ਸਾਰੀ ਡਿਟੇਲ ਚਾਚੇ ਲਵਾਂਗੇ ਹੁਣ। ਬਾਕੀ ਕਿਵੇਂ ਤੁਹਾਨੂੰ ਦੱਸਿਆ ਜ਼ਿਲ੍ਹਾ ਵਿਆੜੀ ਤਹਿਸੀਲ ਹਰਸਾਲਾ, ਬਾਕੀ ਮੈਂ ਜਿਹੜੀ ਏ ਗੱਗੋ ਦੇ ਏਰੀਏ ਖੜੀ ਥੋੜ੍ਹੀ 10 ਕਿਲੋਮੀਟਰ ਪਿੰਡ ਏ, ਅਤੇ ਜਿਹੜਾ ਵੀਰ ਭਰਾ ਆਵੇ ਸਾਡੇ ਨਾਲ ਰਾਬਤਾ ਕਰ ਸਕਦਾ। ਬਾਕੀ ਨੰਬਰ ਵੀ ਆਪਣਾ ਚੱਲਦਾ ਹੁੰਦਾ ਡਿਸਕ੍ਰਿਪਸ਼ਨ ਵਿੱਚ ਵੀ, ਬਾਕੀ ਨੰਬਰ ਆਪਣਾ 0349-1611-211 ਹੈ ਅਤੇ ਇਹੀ ਵਟਸਐਪ ਨੰਬਰ ਅਤੇ ਇਹੀ ਈਮੇਲ ਨੰਬਰ ਹੈ। ਬਾਕੀ ਉਹ ਚਾਚੇ ਗੱਲਾਂ ਉਹ ਸਾਰੀ ਪੁੱਛਾਂਗੇ ਤੇ ਜੋ ਵੀ ਮਾਮਲਾਤ ਨੇ। ਸਲਾਮ ਅਲੈਕੁਮ ਚਾਚਾ। ਵਾਲੇਕੁਮ ਸਲਾਮ ਚਾਚਾ, ਕੀ ਹਾਲ ਨੇ? ਅੱਲਾ ਦੀ ਰਹਿਮਤ ਰਿਆਜ਼, ਅੱਲਾ ਸਿਹਤ ਵੀ ਠੀਕ ਹੈ? ਸ਼ੁਕਰ ਅੱਲਾ ਬਿਲਕੁਲ ਅੱਲਾ ਦੀ ਰਹਿਮਤ ਰਿਆਜ਼। ਅੱਛਾ, ਤੇ ਮੈਂ ਆਪਣੀ ਕਿੰਨੇ ਦਿਨ ਹੋ ਗਿਆ ਸੁਣੀ ਚਾਚਾ? ਮੈਂ ਚੌਥਾ ਦਿਨ ਰਿਹਾ। ਅੱਛਾ, ਚੌਥਾ ਦਿਨ ਮਾਸ਼ਾਅੱਲਾ। ਚੌਥਾ ਦਿਨ ਮਗਰ ਕੱਟੀ ਕੱਟਾ ਹੈ? ਕੱਟਾ ਹੈ ਜੀ। ਅੱਛਾ, ਇਹ ਦੂਜਾ ਨੇ ਕਿ ਪਹਿਲੇ ਨੇ? ਦੂਜੇ ਵਾਰੇ ਆ ਜੀ ਸਰ। ਅੱਛਾ, ਦੂਸਰਾ ਵਾਰਾ ਮੱਝ ਮਾਸ਼ਾਅੱਲਾ ਜੀ। ਤੇ ਦੁੱਧ ਕਿੰਨਾ ਹਜ਼ਰ ਮੌਕੇ? ਮੈਂ ਕੋਈ ਐਸ 15 ਲੀਟਰ ਦੁੱਧ। ਅੱਛਾ, 15 ਲੀਟਰ ਦੁੱਧ ਇਸ ਟਾਈਮ? ਚਵਾਈ ਜਿਹੜੀ ਮੈਂ ਦੀ 15 ਲੀਟਰ ਦੀ। ਅੱਛਾ ਹਾਂਜੀ, ਜਦੋਂ ਮਰਜ਼ੀ ਦੋਸਤ ਆਣ ਕੇ ਮੈਂ ਸਾਰੀ ਚੋਵੇ 15 ਕਿਲੋ ਦੁੱਧ ਮੈਂ ਕੋਲੇ ਇਸ ਟਾਈਮ ਹੈ। ਅੱਛਾ, ਕੱਚੀ ਮੈਂ ਸੂਈ ਹੈ ਅੱਜ ਰਿਆਦ, ਮੈਂ ਬੜੀ ਨਸਲ ਜਾਤ ਵਾਲੀ ਹੈ, ਆਮ ਮੈਂ ਨਹੀਂ ਗਿਆ ਸਾਹਿਬ। ਆਮ ਅੱਜ ਨਹੀਂ, ਆਮ ਨਹੀਂ ਗਈ, ਮੈਂ ਨਸਲਾਂ ਜਾਤਾਂ ਮੈਂ ਕੱਚ ਦੀ ਸਾਰੀ ਬਣੀ ਹੈ। ਇੰਨੀ ਮੈਂ ਬਰੀਕ, ਮੈਂ ਕੋੜੀ ਧੁੰਨੀ ਬਿਲਕੁਲ ਕੋਈ ਨਹੀਂ, ਮੈਂ ਨੌ ਦਾ ਸਾਰੀ ਵਾਰੀ ਬਾਹਰ ਫਿਰਨ ਵਾਲੀ ਤੇ ਮੈਂ ਜੱਤ ਵੇ ਕਿੜੀ ਕਿੜੀ, ਮੈਂ ਸ਼ੱਕੋ ਨੀ ਕੋਈ ਵੀ। ਤੇ ਇਨਸ਼ਾਅੱਲਾ ਤਾਲਾ ਇਹ ਨਹੀਂ ਗੱਲ ਹੈ ਰਿਆਦ, ਜਦੋਂ ਚੋਵੇ ਸਵਾਦ ਨਾ ਆਵੇ ਮੈਂ ਆਉਣ ਜਾਣ ਦਾ ਕਿਰਾਇਆ ਦੱਸਦਾ। ਅੱਛਾ ਹਾਂਜੀ, ਅੱਛਾ ਜੀ, ਨਹੀਂ ਵਾਕੇ ਮੈਂ ਕੋਈ ਸ਼ੱਕ ਨਹੀਂ ਹੈਗਾ।
ਤੇ ਚਾਚਾ ਇਹਦੇ ਥਾਂ ਫੁਹਾਰਾ ਛੱਟਾ ਗੰਢ ਮਰੋੜੀ ਵਾਧਾ ਘਾਟਾ ਹਾਜੀ ਸਾਹਿਬ ਏਡਾ ਬੱਚਾ ਭਾਦੀ ਮੈਂ ਏਡਾ ਸੋਹਣਾ ਚਵਾ ਕੇ ਮੈਂ ਨੀ ਜ਼ਿੰਦਗੀ ਲੱਗਦਾ ਅੱਛਾ ਪੂਰੇ ਕਰੰਟ ਨੇ ਅੱਡੀ ਜੈਮਨ ਕੁਹਾੜਾ ਮਿਹਰਬਾਨੀ ਨਾਲ ਇਹ ਨੀ ਕੋਈ ਸੱਜਣ ਬੇਲੀ ਮੌਕੇ ਤੇ ਆ ਕੇ ਆਵੇ ਚੈੱਕ ਕਰੇ ਮਾਜ ਵੇਖੋ ਜੀ ਆਈ ਸਾਹਿਬ ਮੱਝਾਂ ਆਮ ਲੋਕ ਰਾਖੀ ਫਿਰਦੇ ਨੇ ਅੱਲਾ ਦੀ ਮਿਹਰਬਾਨੀ ਨਾਲ ਮਾਝ ਦੇ ਵਿੱਚ ਕਿਸੇ ਦੇ ਪਾਸੋਂ ਨਾ ਕਮੀਆਂ ਕਟਾਈਆਂ ਨਾ ਹੋਣਗੀਆਂ ਅੱਛਾ ਜੀ ਜੀ ਮਾਸ਼ਾਅੱਲਾ ਆਪਣਾ ਨਾ ਤਾਂ ਟੁੱਟਦੀ ਵੀ ਮਾਸ਼ਾਅੱਲਾ ਬਾਕੀ ਮੈਂ ਕੰਨੀ ਲੰਮੀ ਹਰ ਪਾਸੋਂ ਪੂਰੀ ਅੱਲਾ ਦੀ ਮਿਹਰਬਾਨੀ ਨਾਲ ਬਾਕੀ ਮੈਂ ਇੱਕੀ ਇੱਕੀ ਹਾਲ ਪੂਰੇ ਨੇ ਮਾਸ਼ਾਅੱਲਾ ਪੂਰਾ ਦੋ ਦੋ ਫਟਵਾਣਾ ਬਾਹਰ ਚਾਚਾ ਉਹਨੇ ਮੁੱਲ ਕੀ ਕਰਨਾ ਪੱਕਾ ਪੀਡਾ ਕਰਨਾ ਪਿਆਰ ਮੁਹੱਬਤ ਵਾਲਾ ਜਿੱਥੇ ਮੈਂ ਆਪਾਂ ਵੇਚ ਦੇਣੀ ਜਿੱਥੇ ਮੈਂ ਨਾ ਸੇਲ ਹੋ ਜਾਵੇ ਠੀਕ ਹੈ ਮੈਂ ਤੇਰੀ ਸਾਰੀ ਚੰਗੀ ਸਾਢੇ 7 ਲੱਖ ਰੁਪਇਆ ਮੁੱਲ ਅੱਛਾ ਮੁੱਲ 10 ਨੀ 12 ਨੀ ਮੈਂ ਮੇਰੀ ਜ਼ਿਆਦਾ ਪੈਸਿਆਂ ਦੀ ਹੈ ਅੱਛਾ ਇਹ ਤੋਹਫਾ ਦੇਣਾ ਇਨਸ਼ਾਅੱਲਾ ਤਾਲਾ ਜੀ ਦਾ ਅੱਛਾ ਜੀ ਅੱਲਾ ਦੇ ਗੁਨਾ ਮਾ ਰਮਜ਼ਾਨ ਲੰਘ ਗਿਆ ਤੇ ਮੱਝ ਜਿਹੜਾ ਦੋਸਤ ਲੈ ਗਿਆ ਇਨਸ਼ਾਅੱਲਾ ਤਾਲਾ ਦੁਆਵਾਂ ਕਰੇ ਅੱਛਾ ਜੀ ਠੀਕ ਹੋ ਗਿਆ ਤੇ ਚਾਚਾ ਹੁਣ ਗੱਲ ਇਸ ਤਰ੍ਹਾਂ ਦੀ ਮੈਂ ਪੱਕਾ ਪੀਡਾ ਮੁੱਲ 10,000 ਪਤਾ ਹੀ ਗੱਲ ਹੈ ਮੈਂ ਆਪਾਂ ਵੇਚਦੀ ਹੈ ਪੱਕੀ ਗੱਲ 10,000 ਪੱਕੀ ਜੀ ਗੱਲ ਇੱਕੋ ਗੱਲ ਦੱਸ ਨੂੰ ਫਾਇਦਾ ਕੋਈ ਵਾਰੀਆਂ ਲਾ ਬੰਦਾ ਨਸਲੀ ਪਿਓਰ ਨੀਲੀ ਯਾਰ ਅੱਜ ਹੁਣ ਇੱਦਾਂ ਹੁਣ ਮਈਆਂ ਚੰਗੀਆਂ ਕਿੱਥੋਂ ਲੈ ਆਉਣ ਕੁਆਲਿਟੀਆਂ ਹਰ ਬੰਦਾ ਤੇ ਨੀ ਨਾ ਵੇਂਦਾ ਪਿਆ ਹਾਂਜੀ ਅਸੀਂ ਅੱਲਾ ਮਾਫੀ ਦੇ ਕਿਹੜਾ ਕਿਸੇ ਨਾਲ ਮੈਂ ਪੂਰੀ ਨਵਾਂ ਤੇ ਸਾਫ ਹੋ ਸੀ ਗਾੜੀ ਮੈਂ ਕਿੰਨੀ ਗਿਆ ਗਾੜੀ ਮੈਂ ਕੋਲ 2.5-3 ਸਿਰ ਪੱਕੀ ਅੱਛਾ ਗਾੜੀ ਮਾਈ ਪੱਕੀ ਅੱਛਾ ਜੀ ਗਾਰੰਟੀ ਨਾਲ ਠੀਕ ਹੋ ਗਿਆ ਤੇ ਇਹ 7,25,000 ਰੁਪਇਆ ਡਿਮਾਂਡ ਮਾਲਕਾਂ ਦੀ ਵਿੱਚ ਪਿਆ ਮੁਹੱਬਤ ਇਨਸ਼ਾਅੱਲਾ ਬਿਲਕੁਲ ਹੋਵੇਗਾ ਮੈਂ ਤੇ ਸਿਰ ਵੇਖ ਮੈਂ ਦੀ ਅੱਖ ਵੇਖ ਮੈਂ ਦਾ ਅੱਡੀ ਕਿਰੇ ਤੀਜੀ ਵਿਖਾ ਦੇ ਮੈਂ ਫ੍ਰੀ ਕੋੜੀ ਮੈਂ ਦੀ ਤੁੰਨੀ ਮੈਂ ਨਵਾਂ ਤੇ ਸਾਫ ਹੈ ਅੱਛਾ ਜੀ ਦੋਸਤਾ ਬਾਹਰ ਤਾਂ ਮੈਂ ਨੀ ਲੱਭਦੀ ਅੱਗੋਂ ਤਾਂ 100 ਪਿੰਡ ਫਿਰ ਲਈਏ ਤੇ ਮੈਂ ਨੀ ਅੱਗੇ ਆਉਂਦੀ ਅੱਛਾ ਜੀ ਹੁਣ ਤਾਂ ਜਿਹਦੀ ਮੈਂ ਨਿਕਲਦੀ ਹੈ ਨਾ ਤੇ ਉਹ ਬੰਦੇ ਦਾ ਅੱਲਾ ਦੇ ਹੁਕਮ ਨਾਲ ਇੱਕ ਲਾਟਰੀ ਨਿਕਲਦੀ ਪਈ ਹੈ ਹਾਂਜੀ ਕਮੇਟੀਆਂ ਪਾਈਆਂ ਨੇ ਜਿਹੜਾ ਕਿਸਮਤ ਵਾਲਿਆਂ ਨੇ ਅੱਛਾ ਜੀ ਅੱਛਾ ਮਾਜ ਮਾਸ਼ਾਅੱਲਾ ਜਿਹੜੀ ਹੈ ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ ਸੋਹਣਾ ਪੰਜਾਬ ਟੀਵੀ ਤੇ ਇਨਸ਼ਾਅੱਲਾ ਅੱਛੇ ਪਿਓ ਨੀਲੀ ਜਾ ਬਣਾਉਂਦੇ ਨੇ ਬਾਕੀ ਜਿਹੜੀ ਮਾਝ ਦੀ ਲੋਕੇਸ਼ਨ ਬੜੇ ਸੱਜਣ ਬੇਲੀ ਬੜੇ ਪੁੱਛਦੇ ਨੇ ਮਾਝ ਜਿਹੜੀ ਇਹ ਕਿਹੜੇ ਏਰੀਏ ਦੀ ਹੈ ਇਹ ਫੈਸਲਾਬਾਦ ਦੀ ਤਾਂ ਨਹੀਂ ਗੋਜਰੇ ਦੀ ਮਾਝ ਇਹ ਜ਼ਿਲ੍ਹਾ
ਪਾਕਪਤਨ ਤਹਿਸੀਲ ਅਰਫ ਵਾਲਾ, ਬਾਕੀ ਗੱਗੋ ਦੇ ਨਾਲ ਮੱਝ ਖੜੀ ਏ, ਬਾਕੀ ਵੀਰ ਭਰਾ ਬੜੇ ਆਉਂਦੇ ਨੇ। ਉਹ ਮੈਂ ਅੱਜ ਪੁੱਛਦੇ ਬੰਦੇ ਹੁੰਦੀ ਫੈਸਲਾਬਾਦ ਜਾਂ ਨੀਲੀ ਦਾ ਏਰੀਆ ਸਾਰਾ ਠੀਕ ਏ, ਨੀਲੀ ਦਾ ਏਰੀਆ ਨਾ ਆਵੇ ਤੇ ਮੱਝ ਜਿਹੜੀ ਜਿਹੜਾ ਬੰਦੀ ਮਰਜ਼ੀ ਬੰਦਾ ਆ ਕੇ ਆਖੇ ਗਿਆਰਾਂ ਗੁਣੇ ਦਿਆਂਗੇ, ਪਿਓ ਨੀਲੀ ਦੀ ਮੱਝ ਨਾ ਆਵੇ। ਬਾਕੀ ਨੰਬਰ ਆਪਣਾ 0359-1600 ਪੂਰਾ 211 ਇਹੋ ਵਟਸਐਪ ਨੰਬਰ, ਇਹੋ ਇਮ ਨੰਬਰ ਹੈ। ਬਾਕੀ ਮਗਰ ਕੱਟਾ ਦੇ ਮਾਸ਼ਾਅੱਲਾ ਆ ਚਾਦਰ ਹੋ ਗਿਆ ਸੂਈ ਨੂੰ, ਸੁੱਥਾ ਦਿਹਾੜਾ ਦੋਸਤਾ ਮੈਂ ਸੂਈ ਨੂੰ ਮਾਸ਼ਾਅੱਲਾ ਕੱਟਾ ਵੀ ਸਾਂਭੇ ਆਇਆ ਨੀ ਗੱਲ। ਅੱਛਾ ਹਾਂਜੀ, ਮੈਂ ਕੋਲ ਦੁੱਧ ਹੋਵੇ ਤਾਂ ਬੱਚਾ ਪਾਲਦਾ ਹੈ, ਵਾਕਈ ਇਹ ਗੱਲ। ਤੇ ਨੰਬਰ ਆਪਣਾ 0359-1600 ਪੂਰਾ 211 725,000 ਮਾਰਕਾਂ ਦੀ ਡਿਮਾਂਡ ਹੈ, ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਬਿਲਕੁਲ ਹੋਵੇਗਾ, ਫੁੱਲ ਹੋਵੇਗਾ, ਮੁਹੱਬਤਾਂ ਇਨਸ਼ਾਅੱਲਾ ਹੋਣਗੀਆਂ। ਬਾਕੀ ਨੰਬਰ ਆਪਣਾ 0359-1600 ਪੂਰਾ 211 ਇਹੋ ਵਟਸਐਪ ਨੰਬਰ ਹੈ ਤੇ ਇਹੋ ਈਮੇਲ ਨੰਬਰ ਹੈ। ਅੱਖਾਂ ਮਾਸ਼ਾਅੱਲਾ ਜਿਵੇਂ ਨਦੀ ਤੇ ਉਹਦਾ ਬਰਬ ਹੁੰਦਾ ਹੈ, ਬਾਕੀ ਵੀਡੀਓ ਆਖਰ ਤੱਕ ਵੇਖਣੀ ਹੈ ਤੇ ਮਾਸ਼ਾਅੱਲਾ ਇੱਕ ਮਿੰਟ ਆਣੇ ਚਾਹੀਦੇ ਨੇ। ਮਾਜ ਪਿੱਛੋਂ ਚੋੜੀਏ, ਅੱਗੋਂ ਕੱਟੀਏ, ਦੂਜਾ ਸੂਆ ਸੂਈ ਜਹਿਰ ਮਿਲਾਂਗੇ ਇੱਕ ਅਗਲੀ ਵੀਡੀਓ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।